ਲੋ ਜੀ ਅੱਜ ਦਾ ਇਹ ਜਿਹੜਾ ਪਹਿਲਾ ਮੈਚ ਹੋ ਰਿਹਾ ਜੀ ਗੁੜੇ ਬਸ ਗੀਰਾ ਸੋ ਇਸ ਤੋਂ ਪਹਿਲਾਂ ਗੁੜੇ ਬੀ ਟੀਮ ਨੇ ਪਹਿਲਾਂ ਖੇੜ ਦਿਓ 6 ਓਵਰਾਂ ਦੇ ਵਿੱਚ 119 ਸਕੋਰ ਮਾਰਿਆ ਜੀ 120 ਦਾ ਟਾਰਗੇਟ ਹੈ ਜੀ ਸੋ ਗੀਰਾ ਦੀ ਟੀਮ ਜਿਹੜੀ ਹੈ ਉਹ ਆਪਣਾ ਦੂਸਰੀ ਇਨਿੰਗ ਦੇ ਉੱਤੇ ਜਿਹੜੀ ਆ ਗਈ ਹੈ ਜੀ ਸੋ ਹੁਣ ਦੂਸਰੀ ਇਨਿੰਗ ਜਿਹੜੀ ਸਟਾਰਟ ਹੋ ਗਈ ਹੈ ਜੀ ਸਟ੍ਰਾਈਕ ਰੇਟ ਤੇ ਆ ਸਟ੍ਰਾਈਕ ਸਟ੍ਰਾਈਕ ਤੇ ਹੈਗੇ ਜੀ ਮਿਸਟਰ ਸੁੱਖਾ ਔਰ ਨੌਨ ਸਟ੍ਰਾਈਕ ਤੇ ਹੈਗੇ ਮਿਸਟਰ ਜੰਬੂ ਸੋ ਪਹਿਲੀ ਓਵਰ ਲੈ ਕੇ ਆ ਰਿਹਾ ਨੰਦੂ ਆਇਆ ਨਾ ਸੋ ਪਹਿਲੀ ਓਵਰ ਲੈ ਕੇ ਆਜ਼ਰੀਆ ਨੰਦੂ ਸਾਹਮਣਾ ਕਰਨਗੇ ਸੁੱਖਾ ਘੇਰਾ ਦੀ ਟੀਮ ਦੇ ਦੋਨੇ ਹੀ ਤੂਫਾਨੀ ਬੱਲੇਬਾਜ਼ ਜੋ ਬਹੁਤ ਹੀ ਵਧੀਆ ਆਪਣੀ ਟੀਮ ਦੇ ਲਈ ਪਿਛਲੇ ਕਾਫੀ ਸਾਲਾਂ ਤੋਂ ਖੇਡਦੇ ਆ ਦੇਖਣਾ ਹੈ ਕਿ ਘੇਰਾ ਦੀ ਟੀਮ ਦੇ ਸਲਾਮੀ ਬੱਲੇਬਾਜ਼ ਆਪਣੀ ਟੀਮ ਨੂੰ ਕਿਸ ਤਰ੍ਹਾਂ ਜਿਤਾਉਂਦੇ ਆ ਕਿਉਂਕਿ ਬਹੁਤ ਵੱਡਾ ਜਿਹੜਾ ਲਕਸ਼ya 119 ਸਕੋਰ ਦਾ ਸੋ ਬਿਲਕੁਲ ਤਿਆਰ ਸੁੱਖਾ ਬਿਲਕੁਲ ਤਿਆਰ ਪਹਿਲਾ ਓਵਰ ਲੈ ਕੇ ਨੰਦੂ ਬਿਲਕੁਲ ਤਿਆਰ ਹੈ ਜੀ ਲਓ ਜੀ ਪਹਿਲਾ ਬੋਲ ਪਹਿਲੇ ਹੀ ਬੋਲ ਦੇ ਉੱਤੇ ਸੁੱਖੇ ਨੇ ਬੜਾ ਜ਼ੋਰਦਾਰ ਪ੍ਰਹਾਰ ਕੀਤਾ ਔਰ ਜੇ ਅੰਪਾਇਰ ਕੀਆ 6 ਰਨ ਅੰਪਾਇਰ ਦਾ ਇਸ਼ਾਰਾ 6 ਰਨ ਸੁੱਖੇ ਦੁਆਰਾ ਪਹਿਲੇ ਹੀ ਬੋਲ ਦੇ ਉੱਤੇ ਤੂਫਾਨੀ ਸ਼ਕਾ ਇਹਨਾਂ ਸਕੋਰਾਂ ਦੀ ਹੀ ਗੀਰਾ ਦੀ ਟੀਮ ਨੂੰ ਜ਼ਰੂਰਤ ਹੈ ਵਧੀਆ ਪਲੇ ਲੋ ਜੀ ਗੁੜਿਆ ਦੀ ਟੀਮ ਤੋਂ ਨੰਦੂ ਦੇ ਪਹਿਲੇ ਬੋਲ ਤੇ ਪਹਿਲਾ ਛੱਕਾ ਪੈ ਚੁੱਕਾ ਹੈ ਅਗਲਾ ਬੋਲ ਸੁੱਖਾ ਬਿਲਕੁਲ ਤਿਆਰ ਦੂਸਰੇ ਬੋਲ ਦੇ ਉੱਤੇ ਵੀ ਸੁੱਖੇ ਨੇ ਜ਼ੋਰਦਾਰ ਪ੍ਰਹਾਰ ਕੀਤਾ ਔਰ ਜੇ ਸੁੱਖੇ ਦੇ ਬੱਲੇ ਤੇ ਨਿਕਲਦੇ ਹੋਏ ਚਾਰ ਰਨ ਚਾਰ ਰਨ ਸੁੱਖੇ ਨੇ ਪਹਿਲੀਆਂ ਦੋ ਗੇਂਦਾਂ ਦੇ ਉੱਤੇ 10 ਰਨ ਬਣਾ ਲਏ ਆਪਣੀ ਟੀਮ ਦੇ ਲਈ ਔਰ ਆਪਣੇ ਖਾਤੇ 'ਤੇ ਵੀ 10 ਰਨ ਜੋੜੇ ਇਸ ਤਰ੍ਹਾਂ ਦੀ ਹੀ ਤੂਫਾਨੀ ਬੱਲੇਬਾਜ਼ ਬੱਲੇਬਾਜ਼ ਦੀ ਗਹਿਰਾ ਦੀ ਟੀਮ ਨੂੰ ਲੋੜਿਆ ਅਗਰ ਇਸ ਤਰ੍ਹਾਂ ਹੀ ਇਹ ਨੌਜਵਾਨ ਖੇਡਦੇ ਗਏ ਤਾਂ ਆਪਣੇ ਲਕਸ਼ ਨੂੰ ਬਹੁਤ ਹੀ ਆਸਾਨੀ ਨਾਲ ਪਾ ਲੈਣਗੇ ਅਗਲਾ ਬੋਲ ਦਾ ਤੀਸਰਾ ਬਾਲ ਓ ਬਹੁਤ ਹੀ ਜ਼ਬਰਦਸਤ ਵਾਪਸੀ ਕੀਤੀ ਨੰਦੂ ਨੇ ਸੁੱਖੇ ਦੁਆਰਾ ਇਸ ਬਾਲ ਨੂੰ ਬਹੁਤ ਸਨਮਾਨ ਦਿੱਤਾ ਕਿ ਡਾਟ ਬਾਲ ਸੁਨੰਦੂ ਦਾ ਤੀਸਰਾ ਬਾਲ ਡਾਟ ਬਾਲ ਗਿਆ ਜੀ ਸਾਹਮਣਿਆਂ ਦੀ ਬਹੁਤ ਹੀ ਡੇਂਜਰ ਬੈਟਸਮੈਨ ਸੁੱਖਾ ਅਗਲਾ ਬਾਲ ਓ ਫੁੱਲ ਟਸ ਬਾਲ ਫੀਲਡਰ ਦੇ ਉੱਪਰ ਦੀ ਬਈਰ ਚਾਰ ਰਨ ਸੁੱਖੇ ਦੇ ਪੈਡ ਤੋਂ ਨਿਕੜਿਆ ਗਿਆ ਅੱਜ ਦਾ ਦੂਜਾ ਚੌਕਾ ਬਹੁਤ ਹੀ ਵਿਸਪੋਰਟਿਕ ਬੈਟਸਮੈਨ ਗੀਰਾ ਤਾਂ ਸੁੱਖਾ ਗੀਰਾ ਦੀ ਟੀਮ ਨੂੰ ਜਿਸ ਐਵਰੇਜ ਦੀ ਜ਼ਰੂਰਤ ਹੈ ਸੁੱਖਾ ਉਸ ਐਵਰੇਜ ਨਾਲ ਹੀ ਸਕੋਰ ਮਾਰਦਾ ਹੋਇਆ ਅਗਲਾ ਬੋਲ ਫੁੱਲ ਟਾਸ ਬੋਲਰ ਜੇ ਲੈਗ ਸਟਪ ਬਾਰਕਰ ਜੇ 6 ਰਨ ਸੁੱਖੇ ਦਾ ਦੂਜਾ ਛੱਕਾ ਸੁੱਖੇ ਦੀ ਤੂਫਾਨੀ ਬੈਟਿੰਗ ਦੇ ਅੱਗੇ ਔਰ 6 ਰਨ ਲਓ ਜੀ ਨੰਦੂ ਦੀ ਟੀਮ ਕਾਫੀ ਮਹਿੰਗੀ ਜਿਹੜੀ ਨੰਦੂ ਦੀ ਓਵਰ ਜਿਹੜੀ ਕਾਫੀ ਮਹਿੰਗੀ ਸਾਫ ਹੋ ਰਹੀ ਜਿਹਦੇ ਵਿੱਚ ਦੋ ਛੱਕੇ ਦੋ ਚੌਕੇ ਜਿਹੜੇ ਸੁੱਖੇ ਨੇ ਮਾਰੇ ਆ ਹੱਲੇ ਵੀ ਸੁੱਖਾ ਤਿਆਰ ਆ ਜੀ ਅਗਲਾ ਬੋਲ ਔਰ ਇੱਕ ਵਾਰੀ ਫੇਰ ਜ਼ੋਰਦਾਰ ਸ਼ਾਟ ਦੇਖਣਾ ਹੈ ਕਿ 4 ਚਾਰ ਰਨ ਚੌਕਾ ਲੋਜੀ ਘੀਰਾ ਨੂੰ ਜਿਸ ਐਵਰੇਜ ਦੀ ਲੋਡ ਸੀ ਉਸ ਦੇ ਹਿਸਾਬ ਦੇ ਨਾਲ ਹੀ ਸੁੱਖੇ ਦੇ ਵੱਲੋਂ ਜ਼ੋਰਦਾਰ ਛੱਕੇ ਚੌਕਿਆਂ ਦੀ ਬਰਸਾਤ ਕੀਤੀ ਗਈ ਔਰ ਪਹਿਲੀ ਓਵਰ ਦੇ ਵਿੱਚ ਦੋ ਚੌਕੇ ਤੇ ਤਿੰਨ ਚੌਕੇ ਔਰ ਦੋ ਛੱਕੇ ਮਾਰ ਕੇ ਟੋਟਲ ਸਕੋਰ ਹੋਇਆ 24 ਘੀਰਾ ਦਾ ਸੋ ਅਗਲਾ ਓਵਰ ਲੈ ਕੇ ਆ ਰਹੇ ਹਨ ਗੁੜਿਆਂ ਦੀ ਬੀ ਟੀਮ ਦੇ ਵੱਲੋਂ ਲੋਜੀ ਸਟਾਈਕ ਦੇ ਉੱਤੇ ਹਨ ਮਿਸਟਰ ਜੰਬੋ ਜੋ ਬਹੁਤ ਹੀ ਖਤਰنگ ਬੈਟਸਮੈਨ ਹਨ ਘੀਰਾ ਦੇ ਦੇਖਣਾ ਹੈ ਕਿ ਆਪਣੀ ਟੀਮ ਦੇ ਲਈ ਅੱਜ ਕਿਸ ਤਰ੍ਹਾਂ ਦੀ ਬੈਟਿੰਗ ਕਰ ਰਹੇ ਹੈ ਜੀ ਸੋ ਬੋਲਿੰਗ ਦੇ ਉੱਤੇ ਆ ਗਿਆ ਜੀ ਮਿਸਟਰ ਲੋ ਜੀ ਦੂਸਰਾ ਓਵਰ ਲੈ ਕੇ ਆਇਆ ਜੀ ਸ਼ਨੀ ਜਿਨ੍ਹਾਂ ਨੇ ਬਹੁਤ ਹੀ ਤਾਮੜਤੂਲ ਬੈਟਿੰਗ ਕੀਤੀ ਸੀ ਆਪਣੀ ਟੀਮ ਦੇ ਲਈ ਮਹੱਤਮਪੂਰਨ 65 ਸਕੋਰ ਮਾਰੇ ਸੀਗੇ ਵਿੱਚ 8 ਛੱਕੇ 4 ਚੌਕੇ ਸੋ ਹੁਣ ਬੋਲਿੰਗ ਦੇ ਉੱਤੇ ਆਇਆ ਦੇਖਣਾ ਹੈ ਕਿ ਬੋਲਿੰਗ ਵਿੱਚ ਕਿਹੋ ਜਿਹਾ ਕਮਾਲ ਕਰ ਪਾਉਂਦੇ ਆ ਕਿ ਨਹੀਂ ਸਾਹਮਣੇ ਆ ਜੀ ਮਿਸਟਰ ਜੰਬੋ ਘੀਰਾ ਦੀ ਟੀਮ ਦੇ ਤੂਫਾਨੀ ਬੈਟਸਮੈਨ ਸ਼ਨੀ ਵਾਸੀ ਜੰਬੋ ਪਹਿਲਾ ਬੋਲ ਪਹਿਲੇ ਹੀ ਬੋਲ ਦੇ ਉੱਤੇ ਜੰਬੋ ਦੇ ਵੱਲੋਂ ਔਰ ਚਾਰ ਰਨ ਚਾਰ ਰਨ ਜਿਸ ਤਰ੍ਹਾਂ ਦੀ ਬੈਟਿੰਗ ਤੋਂ ਜਾਣੇ ਜਾਂਦੇ ਹਨ ਉਸੇ ਤਰ੍ਹਾਂ ਦੀ ਬੈਟਿੰਗ ਕਰਦੇ ਹੋਏ ਮਿਸਟਰ ਜੰਬੋ ਆਪਣੀ ਟੀਮ ਦੇ ਖਾਤੇ ਔਰ ਆਪਣੇ ਖਾਤੇ ਵਿੱਚ ਜੋੜੇ ਬਹੁਤ ਹੀ ਮਹਤਮਪੂਰਨ ਚਾਰ ਰਨ ਅਗਲਾ ਬੋਲ ਲੈ ਕੇ ਆ ਰਹੇ ਹਨੀ ਪਹਿਲੇ ਹੀ ਬੋਲ ਦੇ ਤੇ ਚੌਕਾ ਗੁੜੇ ਬੀ ਟੀਮ ਬਸੇ ਹੀਰਾ ਦਾ ਇਹ ਬਹੁਤ ਹੀ ਫਸਮਾ ਮੁਕਾਬਲਾ ਹੋ ਰਿਹਾ ਹੈ ਅਗਲਾ ਬਾਲ ਓ ਲੈਕਸਟਾਂ ਤੋਂ ਕਾਫੀ ਵਾਰ ਦੇਖਣਾ ਹੈ ਕਿ ਔਰ ਜੇ ਚਾਰ ਰਨ ਦੂਸਰਾ ਚੌਕਾ ਜੰਬੋ ਦੇ ਬੈਟ ਦੇ ਵਿੱਚੋਂ ਲਗਾਤਾਰ ਦੂਸਰਾ ਚੌਕਾ ਬਹੁਤ ਹੀ ਤੂਫਾਨੀ ਬੈਟਿੰਗ ਕੀਤੀ ਜਾ ਰਹੀ ਹੈ ਹੀਰਾ ਦੇ ਵੱਲੋਂ ਅਗਰ ਇਸੇ ਤਰ੍ਹਾਂ ਹੀਰਾ ਦੇ ਨੌਜਵਾਨ ਖਿਡਾਰੀ ਇਸਲਾਮੀ ਬੱਲੇਬਾਜ਼ ਖੇਡਦੇ ਗਏ ਤਾਂ ਲਕਸ਼ ਦੇ ਬਹੁਤ ਹੀ ਜ਼ਿਆਦਾ ਨਜ਼ਦੀਕ ਹੋ ਜਾਣਗੇ ਤੋ ਸ਼ਨੀ ਦੀਆਂ ਪਹਿਲੀਆਂ ਦੋ ਬੋਲਾਂ ਤੇ ਦੋ ਚੋਕੇ ਮਾਰ ਕੇ ਜੰਬੂ ਦਾ ਜਿਹੜਾ ਆਪਣਾ ਸਕੋਰ 8 ਹੋ ਚੁੱਕਾ ਹੈ ਜੀ ਸੋ ਅਗਲੀ ਬੋਲ ਲੈ ਕੇ ਬਿਲਕੁਲ ਤਿਆਰ ਸ਼ਨੀ ਸਾਹਮਣਾ ਕਰਨਗੇ ਜੰਬੂ ਬਹੁਤ ਹੀ ਡੇਂਜਰ ਬੈਟਸਮੈਨ ਹੀਰਾ ਦੇ ਗੁੜੀਆਂ ਟੀਮ ਨੂੰ ਅਗਰ ਇਸ ਮੈਚ ਨੂੰ ਬਣਾ ਕੇ ਰੱਖਣਾ ਤੇ ਇਸ ਲਾਮੀ ਜੋੜੀ ਨੂੰ ਤੋੜਨਾ ਬਹੁਤ ਜ਼ਰੂਰੀ ਹੈ ਔਰ ਗੀਰਾਂ ਟੀਮ ਦੇ ਲਈ ਇਹ ਜੋੜੀ ਦਾ ਟਿਕਣਾ ਬਹੁਤ ਜ਼ਰੂਰੀ ਹੈ ਤਾਂ ਕਿ ਇਸ ਹਾਰ ਬਰਗੇ ਲੱਖਸ਼ ਨੂੰ ਜਲਦੀ ਤੋਂ ਜਲਦੀ ਹਾਸਲ ਕੀਤਾ ਜਾਵੇ ਅਗਲਾ ਬੋਲ ਬੋਲੇ ਕੇ ਤਿਆਰ ਸ਼ਨੀ ਸਾਹਮਣੇ ਜੰਬੂ ਓ ਬਹੁਤ ਹੀ ਵਧੀਆ ਬਾਲ ਮਿਸਫੀਲਡ ਹੋਈ ਐ ਤੇ ਔਰ ਜੇ ਚਾਰ ਰਨ ਦੁਆਰਾ ਚਾਰ ਲੈਗ ਬਾਈ ਦੇ ਚਾਰ ਰਨ ਘੀਰਾ ਦੇ ਬੱਲੇਬਾਜ਼ ਵੀ ਇਸ ਸਮੇਂ ਤਾਂਬੜ ਤੋੜ ਬੈਟਿੰਗ ਕਰਦੇ ਪਏ ਕਿਉਂਕਿ ਜਿੰਨਾ ਸਕੋਰਾਂ ਦੀ ਲੋੜ ਐ ਉਹ ਸਕੋਰ ਜਿਹੜੇ ਅਘੀਰਾ ਦੀ ਟੀਮ ਨੂੰ ਮਿਲ ਰਹੇ ਆ ਛੱਕੇ ਚੌਕੇ ਦੀ ਬਰਸਾਤ ਕਰ ਰਿਹਾ ਸਲਾਮੀ ਬੱਲੇਬਾਜ਼ ਟੀਮ ਦੇ ਲਈ ਅਗਲਾ ਬੋਲ ਲੈ ਕੇ ਬਿਲਕੁਲ ਤਿਆਰ ਸ਼ਨੀ ਸਾਹਮਣੇ ਆਜੀ ਜੰਬੂ ਅਗਲਾ ਬੋਲ ਓ ਬਹੁਤ ਹੀ ਵਧੀਆ ਬਾਲ ਥੋੜਾ ਜੋਰਕਰ ਬਣ ਗਿਆ ਜੀ ਸੋ ਵਧੀਆ ਵਾਪਸੀ ਕੀਤੀ ਹੈ ਸ਼ਨੀ ਨੇ ਅੱਜ ਦਾ ਮੁਕਾਬਲਾ ਗੁੜੇ ਬੀ ਟੀਮ ਬਸ ਘੀਰਾ ਦੇ ਵਿਚਕਾਰ ਹੋ ਰਿਹਾ ਜੋ ਬਹੁਤ ਹੀ ਫਸਮਾ ਮੁਕਾਬਲਾ ਹੋਣ ਦੇ ਸਾਰਨ ਕੀਰਾਂ ਦੀ ਟੀਮ ਵੀ ਆਪਣਾ ਪੂਰਾ ਜੋਰ ਲਗਾ ਰਹੀ ਹੈ ਸਲਾਮੀ ਬੱਲੇਬਾਜ਼ ਔਰ ਅਗਲਾ ਬੋਲ ਹੈ ਕਿ ਤਿਆਰ ਹੈ ਸ਼ਨੀ ਔਰ ਫੀਲਡਰ ਦੇ ਉੱਪਰ ਦੀ ਮਾਰਿਆ ਚੌਕਾ ਕੇਰੀ ਦਾ ਪੂਰਾ ਫਾਇਦਾ ਉਠਾ ਰਹੀ ਹੈ ਕੀਰਾਂ ਦੇ ਸਲਾਮੀ ਬੱਲੇਬਾਜ਼ ਇੱਕ ਹੋਰ ਚੌਕਾ ਜੰਬੋ ਦੇ ਬੈਟ ਚੋਂ ਨਿਕਲਿਆ ਹੋਇਆ ਅੱਜ ਦੇ ਇਸ ਮੈਚ ਦਾ ਤੀਜਾ ਚੌਕਾ ਬਹੁਤ ਹੀ ਤੂਫਾਨੀ ਬੈਟਿੰਗ ਕੀਤੀ ਜਾ ਰਹੀ ਹੈ ਘੀਰਾਂ ਵੱਲੋਂ ਵੀ ਅਗਲਾ ਬੋਲ ਔਰ ਜੰਬੋ ਦੇ ਬੈਟ ਚੋਂ ਨਿਕਲਿਆ ਹੋਇਆ ਅੱਜ ਦੇ ਇਸ ਮੈਚ ਦਾ ਪਹਿਲਾ ਛੱਕਾ ਬਹੁਤ ਹੀ ਤੂਫਾਨੀ ਪਾਰੀ ਕਰਦੇ ਪਏ ਮਿਸਟਰ ਜੰਬੋ ਲੋ ਜੀ ਘੀਰਾਂ ਦੀ ਟੀਮ ਦੇ ਦੋ ਓਵਰਾਂ ਦੇ ਬਾਅਦ 46 ਸਕੋਰ ਆ 46 ਤਕਰੀਬਨ 23 ਦੀ ਜਿਹੜੀ ਐਵਰੇਜ ਜਾ ਰਹੀ ਹੈ ਸੋ ਗੁੜਿਆਂ ਦੀ ਟੀਮ ਹੁਣ ਥੋੜੀ ਡਿਸਕਸ ਕਰਦੀ ਹੋਈ ਕਿਉਂਕਿ ਜੋ ਕੀਹਰਾ ਦੇ ਇਸਲਾਮੀ ਬੱਲੇਬਾਜ਼ ਆ ਉਹ ਰੁਕਣ ਦਾ ਨਾਮ ਨਹੀਂ ਲੈ ਰਹੇ ਛੱਕਿਆਂ ਚੌਕਿਆਂ ਦੀ ਪ੍ਰਸਾਦ ਕਰ ਰਹੇ ਆ ਜੀ ਮਿਸਟਰ ਸੁੱਖਾ ਤੇ ਜੰਬੋ ਗੀਰਾ ਟੀਮ ਦੇ ਇਸਲਾਮੀ ਬੱਲੇਬਾਜ਼ ਦੀ ਜਿਹੜੀ ਤੰਬੜ ਤੋੜ ਬੈਟਿੰਗ ਨੇ ਗੀਰਾ ਦਾ ਸਕੋਰ ਪਹੁੰਚਾਇਆ ਦੋਹਾਂ ਉਬਰਾਂ ਬਾਅਦ 46 ਬਹੁਤ ਹੀ ਜ਼ਬਰਦਸਤ ਮੁਕਾਬਲਾ ਚੱਲਦਾ ਪਿਆ ਹੁਣ ਅਗਲੇ ਬੋਲਰ ਆ ਗਏ ਜੀ ਪਰਮਜੀਤ ਪੰਮਾ ਜੋ ਗੁੜਿਆ ਏ ਟੀਮ ਦੇ ਬਹੁਤ ਹੀ ਸੀਨੀਅਰ ਖਿਡਾਰੀ ਰਹੇ ਹਨ ਔਰ ਕੈਪਟਨ ਵੀ ਰਹੇ ਹਨ ਸੋ ਅੱਜ ਦੇਖਣਾ ਹੈ ਕਿ ਆਪਣੀ ਟੀਮ ਦੇ ਲਈ ਕਿਹੋ ਜਿਹੀ ਬੋਲਿੰਗ ਦੀ ਸ਼ੁਰੂਆਤ ਕਰਦੇ ਕਿਉਂਕਿ ਇੱਥੇ ਗੁੜਿਆ ਦੀ ਟੀਮ ਨੂੰ ਚਾਹੀਦਾ ਹੈ ਕਿ ਇਹਨਾਂ ਸਲਾਮੀ ਬੱਲੇਬਾਜ਼ਾਂ ਦੇ ਵਿੱਚੋਂ ਜਿਹੜੀ ਇੱਕ ਵਿਕਟ ਜਿਹੜੀ ਸਿੱਟੀ ਜਾਵੇ ਸੋ ਬਹੁਤ ਹੀ ਸੀਨੀਅਰ ਬੋਲਰ ਪਾਮਜੀ ਪਮਾ ਸਾਹਮਣੇ ਆ ਜੀ ਮਿਸਟਰ ਸੁੱਖਾ ਜੋ ਬਹੁਤ ਹੀ ਡੇਂਜਰ ਮੂਡ ਦੇ ਵਿੱਚ ਹਨ ਦੇਖਣਾ ਹੈ ਕਿ ਸੁੱਖਾ ਇਸ ਤੀਸਰੀ ਓਵਰ ਦੇ ਵਿੱਚ ਕੀ ਕਮਾਲ ਕਰ ਪਾਉਂਦੇ ਔਰ ਦੋ ਹੀ ਓਵਰ ਦਾ ਘੇਰਾ ਸਗਾ ਹੁਣ ਘੇਰੇ ਤੋਂ ਬਾਹਰ ਫੀਲਡਰ ਹੋ ਗਿਆ ਦੇਖਣਾ ਇਹ ਆ ਕਿ ਗੁੜਿਆਂ ਦੀ ਟੀਮ ਇਸ ਤੀਸਰੀ ਓਵਰ ਵਿੱਚ ਵਾਪਸੀ ਕਰਦੀ ਹੈ ਜਦੋਂ ਘੇਰਾ ਦੀ ਟੀਮ ਦਾ ਇਸੇ ਤਰ੍ਹਾਂ ਹੀ ਪ੍ਰਹਾਰ ਰੰਦਾ ਬੋਲਿੰਗ ਦੇ ਉੱਤੇ ਪਮਾ ਸਾਹਮਣਾ ਕਰਨਗੇ ਸੁੱਖਾ ਅਗਲਾ ਬੋਲ ਸ਼ਾਰਟ ਪੈਚ ਬਾਲ ਪਹਿਲੀ ਬਾਲ ਤੇ ਛੱਕਾ ਸੁਖੇ ਨੇ ਆਪਣੇ ਇਰਾਦੇ ਪਹਿਲਾਂ ਹੀ ਜ਼ਾਹਿਰ ਕਰ ਦਿੱਤੇ ਗੀਰਾ ਦੀ ਟੀਮ ਦਾ ਇਹ ਚੇਂਜਰ ਬੈਟਸਮੈਨ ਜੋ ਕਿਸੇ ਵੀ ਬੋਲਰ ਨੂੰ ਬਿਲਕੁਲ ਵੀ ਨਹੀਂ ਵਕਸ਼ ਰਿਹਾ ਬਹੁਤ ਹੀ ਵਧੀਆ ਜੋ ਸ਼ਾਰਟ ਪੈਚ ਬਾਲ ਸੀ ਉਸ ਦਾ ਪੂਰਾ ਜਿਹੜਾ ਫਾਇਦਾ ਠਾਇਆ ਅਗਲਾ ਬਾਲ ਲੈ ਕੇ ਪਰਮਜੀਤ ਬਿਲਕੁਲ ਰੈਡੀ ਹੈ ਦੇਖਣਾ ਹੈ ਕਿ ਇਸ ਬਾਲ ਦੇ ਉੱਤੇ ਕੀ ਹੁੰਦਾ ਅਗਲਾ ਬਾਲ ਗੇਰਾ ਦੀ ਟੀਮ ਦੇ ਸਲਾਮੀ ਬਲੇਬਾਜ਼ ਤੂਫਾਨੀ ਬੈਟਿੰਗ ਕਰਦੇ ਹੋ ਜੀ ਪਰਮਜੀਤ ਆਪਣੀ 30 ਓਵਰ ਲੈ ਕੇ ਪਹਿਲੀ ਓਵਰ ਦੇ ਵਿੱਚ ਪਹਿਲੇ ਬੋਲ ਤੇ ਛੱਕਾ ਦੂਸਰਾ ਬੋਲ ਸਾਹਮਣੇ ਆ ਜੀ ਸੁੱਖਾ ਦੂਸਰੇ ਬੋਲ ਤੇ ਸੁੱਖੇ ਨੇ ਬਹੁਤ ਹੀ ਵਧੀਆ ਆਫ ਸਟਾਈਲ ਦੇ ਕੱਟ ਕੇ ਦੇਖਣਾ ਹੈ ਫੀਲਡਿੰਗ ਦੀ ਔਰ ਬਹੁਤ ਹੀ ਜ਼ਬਰਦਸਤ ਫੀਲਡਿੰਗ ਆਪਣੀ ਟੀਮ ਦੇ ਲਈ ਦੋ ਰਨ ਬਚਾਏ ਜਿੱਥੇ ਚਾਰ ਰਨ ਹੋਣੇ ਸੀ ਦੋ ਰਨ ਹੋਏ ਆ ਜੀ ਅਗਲਾ ਬੋਲ ਪਰਮਜੀਤ ਪੰਮਾ ਸਾਹਮਣੇ ਆ ਜੀ ਮਿਸਟਰ ਸੁੱਖਾ ਸੁਖੇ ਦੁਆਰਾ ਜ਼ੋਰਦਾਰ ਪ੍ਰਹਾਰ ਦੇਖਣਾ ਹੈ ਕਿ ਉਹ ਚਾਰ ਰਨ ਹੀਰਾਨੀ ਟੀਮ ਤੂਫਾਨੀ ਬੱਲੇਬਾਜ਼ੀ ਕਰਦੀ ਹੋਈ ਸੋ ਜਿੰਨਾ ਸਕੋਰਾਂ ਨੇ ਲੋੜਿਆ ਸੋ ਅਗਲਾ ਬੋਲ ਹੈ ਕਿ ਪਰ ਜਿਹਦੇ ਪੰਮਾ ਬਿਲਕੁਲ ਤਿਆਰ ਅਗਲਾ ਬੋਲ ਸਾਹਮਣੇ ਆਜੀ ਸੁੱਖਾ ਓ ਓ ਪਾਰਮਜੀਤ ਪੰਮਾ ਨੇ ਗੋਗਲੀ ਸਿਟੀ ਸਿਰਫ 1 ਇੱਕ ਹੀ ਸਕੋਰ ਮਿਲੇਗਾ ਜੀ 1 ਇੱਕ ਸਕੋਰ ਤੇ ਸੰਤੁਸ਼ਟੀ ਕਰਨੀ ਪਵੇਗੀ ਬਹੁਤ ਵਧੀਆ ਕਮਬੈਕ ਪਾਰਮਜੀਤ ਪੰਮੇ ਦੁਆਰਾ ਜੋ ਤੂਫਾਨੀ ਬੱਲੇਬਾਜ਼ 6 ਮਾਰੇ ਸਨ ਉਹਨਾਂ ਨੂੰ ਸਿਰਫ ਇੱਕ ਸਕੋਰ ਦੇ ਉੱਤੇ ਹੀ ਰੋਕਿਆ ਲੋ ਜੀ ਹੁਣ ਸਟਾਈਲ ਦੇ ਉੱਤੇ ਆ ਗਿਆ ਜੰਬੋ ਜੋ ਕੀਰਾਂ ਦੇ ਬਹੁਤ ਹੀ ਤੂਫਾਨੀ ਬੈਟਸਮੈਨ ਹਨ ਸੋ ਸਾਹਮਣਾ ਕਰਨਗੇ ਜੀ ਮਿਸਟਰ ਜੰਬੋ ਔ ਲੈਗ ਸਟਾਮ ਦੇ ਉੱਪਰ ਦੀ ਬਾਲ ਅੰਪਾਇਰ ਦਾ ਇਸ਼ਾਰਾ ਵਾਈਟ ਬਾਲ ਲਓ ਜੀ ਜੰਬੋ ਬਿਲਕੁਲ ਤਿਆਰ ਆ ਪਾਣੀ ਪਾਮਾ ਬਾਲ ਲੈ ਕੇ ਤਿਆਰ ਜੰਬੋ ਬਿਲਕੁਲ ਰੈਡੀ ਅਗਲਾ ਬੋਲ ਔਰ ਜੇ ਜੰਬੋ ਦੇ ਬੈਟ ਚੋਂ ਨਿਕਲਿਆ ਹੋਇਆ ਅੱਜ ਦੇ ਇਸ ਮੈਚ ਦਾ ਔਰ ਉਹਨਾਂ ਦਾ ਆਪਣਾ ਚੌਥਾ ਚੌਕਾ ਬਹੁਤ ਹੀ ਅਸਰਦਾਰ ਜੰਬੋ ਪੂਰੀ ਫਾਰਮ ਵਿੱਚ ਹੈ ਘੀਰਾ ਦੇ ਪਲੇਅਰ ਜੀ ਘੀਰਾ ਟੀਮ ਦੇ ਸਲਾਮੀ ਬੱਲੇਬਾਜ਼ ਜੋ ਬਹੁਤ ਹੀ ਜ਼ਬਰਦਸਤ ਬੈਟਿੰਗ ਕਰਦੇ ਹੋਏ ਅਗਲਾ ਬੋਲ ਔਰ ਇਸ ਵਾਰ ਫੇਰ ਬਹੁਤ ਹੀ ਲੰਬਾ ਛੱਕਾ ਜੰਬੋ ਦੇ ਬੈਟ ਚੋਂ ਨਿਕਲਿਆ ਹੋਇਆ ਦੂਜਾ ਛੱਕਾ ਘੀਰਾ ਦੀ ਟੀਮ ਦੇ ਇਸਲਾਮੀ ਬੱਲੇਬਾਦ ਤੰਬੜ ਤੋੜ ਬੈਟਿੰਗ ਕਰਦੇ ਹੋਏ ਅਗਰ ਇਸੇ ਤਰ੍ਹਾਂ ਘੀਰਾ ਦੇ ਪਲੇਅਰ ਖੇਡਦੇ ਗਏ ਤਾਂ ਇਸ ਲਕਸ਼ ਨੂੰ ਬਹੁਤ ਹੀ ਜਲਦੀ ਲੋ ਜੀ ਘੀਰਾ ਟੀਮ ਦੇ ਤਿੰਨਾਂ ਓਵਰਾਂ ਦੇ ਬਾਅਦ 70 ਸਕੋਰ ਆ ਸੋ ਹੱਲੇ ਵੀ ਤਿੰਨ ਓਵਰ ਬਾਕੀ ਹੈ ਅਗਰ ਇਸੇ ਤਰ੍ਹਾਂ ਹੀ ਇਹ ਪਲੇਅਰ ਖੇលਦੇ ਗਏ ਤਾਂ ਬਹੁਤ ਹੀ ਆਸਾਨੀ ਨਾਲ ਇਸ ਵੱਡੇ ਟਾਰਗੇਟ ਜੋ 119 ਰਨ ਦਾ ਟਾਰਗੇਟ ਗੁੜਿਆਂ ਬੀਟੀ ਨੇ ਦਿੱਤਾ ਹੈ ਉਸ ਨੂੰ ਆਸਾਨੀ ਨਾਲ ਹਾਸਲ ਕਰ ਲੈਣਗੇ ਹੁਣ ਗੁੜਿਆਂ ਟੀਮ ਦੇ ਲਈ ਇੱਕ ਚੈਲੰਜ ਹੋਵੇਗਾ ਦੇਖਣਾ ਕਿ ਚੌਥੀ ਓਵਰ ਕੌਣ ਲੈ ਕੇ ਆਉਂਦਾ ਕਿਉਂਕਿ ਜੋ ਵੀ ਬੋਲਰ ਆਇਆ ਚਾਹੇ ਪਰਮਜੀਪ ਪੰਮਾ ਆਇਆ ਚਾਹੇ ਕੋਈ ਵੀ ਬੋਲਰ ਆਇਆ ਹੈ ਬਹੁਤ ਹੀ ਤੂਫਾਨੀ ਬੈਟਿੰਗ ਕੀਤੀ ਹੈ ਗੀਰਾਂ ਦੇ ਪਲੇਅਰਾਂ ਨੇ ਬਹੁਤ ਹੀ ਫਸਮਾ ਮੁਕਾਬਲਾ ਹੋ ਰਿਹਾ ਹੈ ਪਿੰਡ ਗੁੜਿਆਂ ਵਿੱਚ ਜੋ ਟੂਰਨਾਮੈਂਟ ਚੱਲ ਰਿਹਾ ਜੀ ਅੱਠਵਾਂ ਕ੍ਰਿਕਟ ਟੂਰਨਾਮੈਂਟ ਦਾ ਅੱਜ ਦੂਸਰੇ ਦਿਨ ਦਾ ਪਹਿਲਾ ਮੈਚ ਪਹਿਲਾਂ ਖੇਡਦੇ ਹੋਏ ਗੁੜਿਆਂਵੀ ਟੀਮ ਦੀ ਗੁੜਿਆਂ ਦੀ ਪੀਟੀਮ ਨੇ 119 ਸਕੋਰ ਬਣਾਏ ਆ ਜੀ 6 ਓਵਰਾਂ ਵਿੱਚ ਔਰ ਦੂਸਰੀ ਪਾਰੀ ਦੇ ਵਿੱਚ ਗੀਰਾ ਦੀ ਟੀਮ ਦੇ ਪਲੇਅਰ ਆਏ ਜਿਨ੍ਹਾਂ ਨੇ ਆਉਂਦੇ ਤਿੰਨਾਂ ਓਵਰਾਂ ਵਿੱਚ ਤੂਫਾਨੀ ਬੈਟਿੰਗ ਕੀਤੀ ਔਰ 70 ਸਕੋਰ ਤਿੰਨਾਂ ਓਵਰਾਂ ਦੇ ਵਿੱਚ ਹੀ 70 ਸਕੋਰ ਮਾਰ ਦਿੱਤੇ ਸੋ ਬਹੁਤ ਹੀ ਤੂਫਾਨੀ ਬੈਟਿੰਗ ਕੀਤੀ ਯਾਰੇ ਗੀਰਾ ਦੇ ਪਲੇਅਰਾਂ ਵੱਲੋਂ ਦੇਖਣਾ ਹੈ ਕਿ ਹੁਣ ਚੌਥੀ ਓਵਰ ਕੌਣ ਲੈ ਕੇ ਆ ਰਿਹਾ ਔਰ ਕਿਸ ਤਰ੍ਹਾਂ ਲੋ ਜੀ ਅਵਿਨਾਸ਼ ਅਵਿਨਾਸ਼ ਚੌਥੀ ਓਵਰ ਲੈ ਕੇ ਆ ਰਿਹਾ ਜਿਨ੍ਹਾਂ ਨੇ ਪਹਿਲੀ ਓਵਰ ਦੇ ਵਿੱਚ ਆਪਣੀ ਟੀਮ ਲਈ 27 ਸਕੋਰਾਂ ਦਾ ਜਿਹੜਾ ਯੋਗਦਾਨ ਪਾਇਆ ਸੀ ਜਦੋਂ ਬੈਟਿੰਗ ਤੇ ਆਈ ਸੀ ਚਾਰ ਛੱਕੇ ਔਰ ਇੱਕ ਚੌਕਾ ਹੁਣ ਬੋਲਿੰਗ ਦੀ ਪੂਰੀ ਕਮਾਂ ਅਵਿਨਾਸ਼ ਦੇ ਕੋਲ ਆ ਦੇਖਣਾ ਹੈ ਕਿ ਉਹ ਕਿਸ ਤਰੀਕੇ ਦੇ ਨਾਲ ਆਪਣੀ ਟੀਮ ਦੇ ਲਈ ਕੋਈ ਸਫਲਤਾ ਹਾਸਲ ਕਰ ਪਾਉਂਦੇ ਆ ਜਾਂ ਨਹੀਂ ਕਿਉਂਕਿ ਮੈਚ ਬਹੁਤ ਜ਼ਿਆਦਾ ਫਸ ਚੁੱਕਾ ਹੈ ਜਿਸ ਤਰ੍ਹਾਂ ਗੀਰਾ ਦੇ ਓਪਨਿੰਗ ਸਲਾਮੀ ਬੱਲੇਬਾਜ਼ ਖੇਡ ਰਹੇ ਹਨ ਇਸ ਤਰ੍ਹਾਂ ਤਾਂ ਇਹ ਮੈਚ ਲੱਗਦਾ ਹੈ ਕਿ ਗੀਰਾ ਬਹੁਤ ਹੀ ਆਸਾਨੀ ਨਾਲ ਆਪਣੇ ਪੱਖ ਵਿੱਚ ਕਰ ਲੈਣਗੇ ਅਗਰ ਅਵਿਨਾਸ਼ ਇਸ ਮੈਚ ਦੇ ਵਿੱਚ ਕੋਈ ਚਮਤਕਾਰ ਕਰ ਪਾਉਂਦੇ ਆ ਇਸ ਸਲਾਮੀ ਬੱਲੇ ਬਣ ਤੋੜ ਦੇ ਆ ਤਾਂ ਗੁੜਿਆਂ ਦੀ ਟੀਮ ਦੇ ਲਈ ਕੁਝ ਜਿਹੜੀ ਰਾਹਤ ਦੀ ਗੱਲੋ ਬਿਕਣੀ ਤਾਂ ਘੀਰਾਂ ਦੇ ਸਲਾਮੀ ਬੱਲੇਬਾਜ਼ ਬਹੁਤ ਹੀ ਬਦਿਆ بیٹنگ ਕਰਦੇ ਹੋਏ ਅਗਲੀ ਓਵਰ ਲੈ ਕੇ ਆਜ਼ਰਿਆ ਅਵਿਨਾਸ਼ ਸਾਹਮਣਾ ਕਰਨਗੇ ਮਿਸਟਰ ਸੁੱਖਾ ਜਿਨ੍ਹਾਂ ਨੇ ਹੁਣ ਤੱਕ 3 ਛੱਕੇ 4 ਚੌਕੇ ਮਾਰ ਦਿੱਤੇ ਆ ਜੀ ਅਗਲਾ ਬੋਲ ਬਿਲਕੁਲ ਤਿਆਰ ਚੌਥੀ ਓਵਰ ਲੈ ਕੇ ਅਵਿਨਾਸ਼ ਬਿਲਕੁਲ ਰੈਡੀ ਸਾਹਮਣੇ ਆ ਡੇਂਜਰ ਬੈਟਸਮੈਨ ਸੁੱਖਾ ਅਗਲਾ ਬੋਲ ਉਹ ਪਹਿਲੇ ਬਾਲ ਦੇ ਉੱਤੇ ਸੁੱਖੇ ਦੇ ਵੱਲੋਂ ਬਹੁਤ ਹੀ ਵੱਡਾ ਸ਼ਿੱਕਾ ਘੀਰਾ ਟੀਮ ਦੇ ਇਸਲਾਮੀ ਬੱਲੇਬਾਜ਼ ਸ਼ਿੱਕੇ ਚੌਕੇ ਸ਼ਿੱਕੇ ਚੌਕੇ ਮਾਰਿਆ ਹੈ ਸੁੱਖੇ ਦੇ ਬੈਟ ਚੋਂ ਨਿਕਲਿਆ ਹੋਇਆ ਅੱਜ ਦਾ ਇਹ ਚੌਥਾ ਸ਼ਿੱਕਾ 4 ਸ਼ਿੱਕੇ 4 ਚੌਕੇ ਮਾਰ ਚੁੱਕਾ ਹੈ ਜੀ ਸੁੱਖਾ ਘੀਰਾ ਦਾ ਬਹੁਤ ਹੀ ਡੇਂਜਰ ਬੈਟਸਮੈਨ ਅਗਲਾ ਬਾਲ ਬਿਲਕੁਲ ਤਿਆਰ ਅੱਜ ਜਿਸ ਤਰ੍ਹਾਂ ਗੁੜਿਆਂ ਦੇ ਇਸਲਾਮੀ ਬੱਲੇਬਾਜ਼ਾਂ ਨੇ ਤੂਫਾਨੀ ਬੈਟਿੰਗ ਕੀਤੀ ਸੀਗੀ ਉਹਦੇ ਮੁਕਾਬਲੇ ਵਿੱਚ ਹੀਰਾ ਦੇ ਬੱਲੇਬਾਜ਼ ਵੀ ਕਿਸੇ ਤੋਂ ਘੱਟ ਨਹੀਂ ਹਨ ਸੋ ਅਵਿਨਾਸ਼ ਚੌਥਾ ਓਵਰ ਲੈ ਕੇ ਆਏ ਸਨ ਸੋ ਗੁੜਿਆਂ ਨੂੰ ਬਹੁਤ ਜ਼ਰੂਰੀ ਹੈ ਕਿ ਇੱਕ ਵਿਕਟ ਡਿਗੇ ਅਗਲਾ ਬਾਲ ਓ ਬਹੁਤ ਹੀ ਜ਼ਬਰਦਸਤ ਬਾਲ ਲੇਕਿਨ ਥੋੜਾ ਜਿਹਾ ਮਿਸਫੀਲਡ ਹੋਈ ਕੀਪਰ ਦੇ ਵੱਲੋਂ ਸੋ ਜਿਹੜਾ ਲੈਗ ਲੈਗ ਬਾਈ ਦਾ ਜਿਹੜਾ ਇੱਕ ਸਕੋਰ ਮਿਲੇਗਾ ਜੀ ਅਵਿਨਾਸ਼ ਦੇ ਵੱਲੋਂ ਬਹੁਤ ਵਧੀਆ ਵਾਪਸੀ ਕੀਤੀ ਗਈ ਸੋ ਜਿੱਥੇ ਸੁੱਕੇ ਦੇ ਵੱਲੋਂ ਛੱਕੇ ਔਰ ਜੰਬੋ ਦੇ ਵੱਲੋਂ ਛੱਕੇ ਚੋਕੇ ਮਾਰੇ ਜਾ ਰਹੇ ਉੱਥੇ ਇੱਕ ਡਾਟ ਬਾਲ ਕੱਢਿਆ ਸੀ ਬਟ ਥੋੜੀ ਜਿਹੀ ਮਿਸਟੇਕ ਹੋ ਗਈ ਅਗਲਾ ਬੋਲੇ ਕੇ ਬਿਲਕੁਲ ਤਿਆਰ ਅਵਿਨਾਸ਼ ਸਾਹਮਣਾ ਕਰਨਗੇ ਜੰਬੋ ਅਗਲਾ ਬਾਲ ਸ਼ਾਬਾਸ਼ ਸ਼ਾਬਾਸ਼ ਬਾਲ ਡਾਟ ਓਹ ਪੂਰੀ ਤਰ੍ਹਾਂ ਬੀਟ ਹੋਏ ਜੰਬੋ ਅਵਿਨਾਸ਼ ਦਾ ਬਹੁਤ ਹੀ ਵਧੀਆ ਸਪੈਲ ਜਿਨ੍ਹਾਂ ਨੇ ਡਾਟ ਬਾਲ ਕੱਢਿਆ ਹੈ ਅਬ ਡਾਟ ਬਾਲ ਕੱਢਣਾ ਵੀ ਅੱਜ ਦੇ ਇਸ ਮੈਚ ਵਿੱਚ ਬਹੁਤ ਵੱਡੀ ਗੱਲ ਆ ਅਵਿਨਾਸ਼ ਬਹੁਤ ਵਧੀਆ ਆਪਣੀ ਲੈਂਡ ਤੋਂ ਲੈਂਡ ਬਾਲ ਕਰਦੇ ਹੋਏ ਪੂਰੀ ਤਰ੍ਹਾਂ ਬੀਟ ਹੋਏ ਜੰਬੋ ਅਗਲਾ ਬਾਲ ਔਰ ਜੇ ਕੈਚ ਉਸ ਅਸਤੀ ਚੰਨਜੀਤ ਦੇ ਪਾਸ ਬਹੁਤ ਹੀ ਵੱਡਾ ਝਟਕਾ ਹੋ ਸਕਦਾ ਸੀਗਾ ਗੀਰਾ ਦੀ ਟੀਮ ਦੇ ਲਈ ਲੇਕਿਨ ਚੰਨਜੀਤ ਦੇ ਵੱਲੋਂ ਜਿਹੜੀ ਕੈਚ ਆ ਛੱਡੀ ਗਈ ਪੂਰੀ ਕੋਸ਼ਿਸ਼ ਕੀਤੀ ਸੀ ਥੋੜਾ ਜਿਹਾ ਅੱਗੇ ਨੰਗੇ ਸਨ ਲੋ ਜੀ ਗੁੜਿਆਂ ਦੀ ਟੀਮ ਨੂੰ ਜਿਹੜਾ ਇੱਕ ਸਫਲਤਾ ਮਿਲਣ ਲੱਗੀ ਸੀਗੀ ਬਟ ਥੋੜੀ ਜੀ ਮਿਸ ਮਿਸ ਕੈਚ ਹੋ ਗਈ ਜੀ ਅਵਿਨਾਸ਼ ਜੋ ਹੈ ਬਹੁਤ ਹੀ ਵਧੀਆ ਕਮਬੈਕ ਕੀਤਾ ਆਪਣੀ ਬੋਲਿੰਗ ਦੇ ਉੱਤੇ ਸਿਰਫ ਇੱਕ ਹੀ ਜਿਹੜੀ ਬਾਉਂਡਰੀ ਆਈ ਆ ਉਹਦੀ ਓਵਰ ਦੇ ਵਿੱਚ ਸੋ ਕੋਸ਼ਿਸ਼ ਹੈ ਜੀ ਉਹਨਾਂ ਦੀ ਕਿ ਕੋਈ ਵਿਕਟ ਮੇਰੇ ਗੁੜਿਆਂ ਨੂੰ ਬਹੁਤ ਜ਼ਰੂਰੀ ਹੈ ਕਿ ਇੱਥੇ ਸਲਾਮੀ ਬੱਲੇਬਾਜ਼ ਤੋਂ ਇੱਕ ਬੱਲੇਬਾਜ਼ ਨੂੰ ਆਊਟ ਕੀਤਾ ਜਾਵੇ ਅਗਲਾ ਬੋਲ ਹੈ ਕਿ ਤਿਆਰ ਹੈ ਬਿਲਕੁਲ ਅਵਿਨਾਸ਼ ਸਾਹਮਣੇ ਸੁੱਖਾ ਓ ਚੋਰ ਕਰ ਬੋਲ ਕੈਚ ਹੋ ਸਾਦੀ ਸੀਗੀ ਲੇਕਿਨ ਸ਼ੋਕੇ ਦੁਆਰਾ ਸਿੰਗਲ ਬਣਾਇਆ ਗਿਆ ਕੈਚ ਹੋ ਸਕਦੀ ਆਸਾਨੀ ਨਾਲ ਲੇਕਿਨ ਸ਼ੋਕੇ ਨੇ ਕੋਸ਼ਿਸ਼ ਹੀ ਨਹੀਂ ਕੀਤੀ ਲੇਕਿਨ ਬਹੁਤ ਵਧੀਆ ਕਮਬੈਕ ਅਵਿਨਾਸ਼ ਦੇ ਵੱਲੋਂ ਬਹੁਤ ਵਧੀਆ ਕਮਬੈਕ ਕੀਤਾ ਗਿਆ ਗੀਰਾ ਦੇ ਪਲੇਅਰ ਜਿੱਥੇ ਛੱਕੇ ਚੋਕੇ ਮਾਰ ਰਸੀ ਉੱਥੇ ਇੱਕ ਇੱਕ ਸਿੰਗਲ ਤੇ ਰੋਕੇ ਆ ਜੀ ਅਗਲਾ ਬਾਲ ਸਾਹਮਣੇ ਆ ਜੰਬੋ ਦੇਖਣਾ ਹੈ ਕੀ ਹੁੰਦਾ ਅਗਲੇ ਬਾਲ ਤੇ ਔਰ ਕੇ ਔਰ ਜੇ ਫੀਲਡਰ ਦੇ ਉੱਪਰ ਵੀ ਸ਼ੇ ਰਨ ਜਿੱਥੇ ਵਧੀਆ ਓਵਰ ਚੱਲਦੀ ਪਈ ਸੀ ਉੱਥੇ ਹੀ ਜੰਬੋ ਦੇ ਵੱਲੋਂ ਇਹ ਇਸ ਓਵਰ ਦੇ ਵਿੱਚ ਦੂਜਾ ਛੱਕਾ ਲੋ ਜੀ ਅਵਨਾਸ਼ ਜਿਹੜਾ ਆਪਣੀ ਓਵਰ ਲੈ ਕੇ ਆਇਆ ਸੀ ਜਿਹਦੇ ਓਵਰ ਦੇ ਵਿੱਚ ਦੋ ਛੱਕੇ ਜ਼ਰੂਰ ਪਏ ਆ ਪਰ ਦੋਨੇ ਸਲਾਮੀ ਬੱਲੇਬਾਜ਼ਾਂ ਦੀਆਂ ਮਹੱਤਮਪੂਰਨ ਕੈਚਾਂ ਗੁੜਿਆਂ ਦੀ ਟੀਮ ਦੇ ਵੱਲੋਂ ਛੱਡਣੀਆਂ ਕਿਤੇ ਨਾ ਕਿਤੇ ਮਹਿੰਗੀਆਂ ਪੈ ਸਕਦੀਆਂ ਹਨ ਕਿਉਂਕਿ ਦੋ ਓਵਰ ਹੋ ਚੁੱਕੇ ਆ ਸੌਰੀ ਚਾਰ ਓਵਰ ਹੋ ਚੁੱਕੇ ਆ ਤੇ 86 ਸਕੋਰ ਜਿਹੜੇ ਆ ਘੀੜਾਂ ਦੀ ਟੀਮ ਦੇ ਹੋ ਗਏ ਆ ਬਹੁਤ ਹੀ ਥੋੜੇ ਸਕੋਰ ਚਾਹੇ ਪੰਜਵੀਂ ਓਵਰ ਲੈ ਕੇ ਆ ਰਹੇ ਆ ਜੀ ਗੁੜਿਆਂ ਟੀਮ ਦੇ ਬਹੁਤ ਹੀ ਸੀਨੀਅਰ ਬੋਲਰ ਮਿਸਟਰ ਹਾਂ ਜੀ ਪਹਿਨੀ ਓਵਰ ਲੈ ਕੇ ਆ ਰਹੇ ਗੁੜਿਆ ਟੀਮ ਦੇ ਬਹੁਤ ਹੀ ਸੀਨੀਅਰ ਪਲੇਅਰ ਜੋ ਵਿਜੇ ਕੁਮਾਰ ਸੋ ਜਿਨ੍ਹਾਂ ਨੇ ਗੁੜਿਆ ਟੀਮ ਦੇ ਲਈ ਲਗਭਗ 1100 ਵਿਕਟਾਂ ਲਈਆਂ ਜੀ ਆਪਣੇ ਟਾਈਮ ਵਿੱਚ ਸੋ ਅੱਜ ਦੇਖਣਾ ਹੈ ਕਿ ਗੁੜਿਆ ਬੀਟੀਐਮ ਦੇ ਲਈ ਕੀ ਜਾਨੀ ਕਿ ਕਰ ਪਾਉਂਦੇ ਆ ਕੀ ਇਹ ਸਲਾਮੀ ਜੋੜੀ ਨੂੰ ਤੋੜਨ ਦੇ ਵਿੱਚ ਕਾਮਯਾਬ ਹੁੰਦੇ ਆ ਸੋ ਕੀਰਾਂ ਦੀ ਟੀਮ ਦੇ ਬੈਟਸਮੈਨ ਅੱਜ ਹਟਦੇ ਨਹੀਂ ਛਿੱਕੇ ਚੌਕੇ ਮਾਰਨੋਂ ਹਰ ਬਾਲ ਤੇ ਛਿੱਕਾ ਚੌਕਾ ਅਗਲਾ ਬਾਲ ਵੀਜੇ ਸਾਹਮਣੇ ਆਜੀ ਸੁੱਖਾ ਪਹਿਲੇ ਬਾਲ ਹੋਰ ਜਿ ਕਿੱਜ ਹੋ ਸਕਦੀ ਆਰ ਜੇ ਥੋੜੀ ਯੋਕੀ ਸੀਗੀ ਪਹਿਲੇ ਬਾਲ ਦੇ ਉੱਤੇ ਓ ਬਹੁਤ ਹੀ ਜਮਦਾ ਫੀਲਡਿੰਗ ਦੇਖਣਾ ਹੈ ਕਿ ਆ ਜਾ ਆ ਜਾ ਓ ਆਰ ਜੇ ਓ ਬਹੁਤ ਹੀ ਵਧੀਆ ਪਲੇਰਾਂ ਦੇ ਵੱਲੋਂ ਰਨਿੰਗ ਬੀਟਿੰਗ ਡੂ ਬੀਟਿੰਗ ਕੀਤੀ ਗਈ ਸੋ ਕੋਸ਼ਿਸ਼ ਕੀਤੀ ਸੀ ਚਾਂਜੀ ਵੱਲੋਂ ਲੇਕਿਨ ਕਾਫੀ ਦੂਰ ਸੀ ਕੈਚ ਹੈ ਵਧੀਆ ਬਾਲ ਸੋ ਬੀਜੇ ਕੁਮਾਰ ਦੇ ਵੱਲੋਂ ਆਪਣਾ ਪਹਿਲਾ ਬਾਲ ਬਹੁਤ ਹੀ ਸਲੋ ਸਿੱਟਿਆ ਗਿਆ ਲੋ ਜੀ ਬੀਜੇ ਕੁਮਾਰ ਦਾ ਵਧੀਆ ਬਾਲ ਸੀਗਾ ਜਿਸ ਤੋਂ ਅ ਅਗਲਾ ਬਾਲ ਲੈ ਕੇ ਬੀਜੇ ਤਿਆਰ ਸਾਹਮਣੇ ਜੰਬੋ ਓਹ ਪੂਰੀ ਤਰ੍ਹਾਂ ਬੀਟ ਹੋਏ ਲੇਕਿਨ ਵਿਕਿਟ ਕੀਪਰ ਦੇ ਪਿੱਛੇੋਂ ਥੋੜਾ ਜਿਹਾ ਮਿਸ ਹੋ ਗਿਆ ਦੇਖਣਾ ਹੈ ਕਿ ਚਾਰ ਰਨ ਹੁੰਦੇ ਔਰ ਜੇ ਨਹੀਂ ਨੋ 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 ਨਹੀਂ ਹੋ ਲੋ ਜੀ ਬੀਜ ਨਹੀਂ ਹੋਇਆ ਕਾਜ ਨਹੀਂ ਹੋਇਆ ਲੋ ਜੀ ਘੀਰਾ ਦੇ ਤੂਫਾਨੀ ਬੱਲੇਬਾਜ਼ ਮਿਸਟਰ ਸੁੱਖਾ ਤੇ ਜੱਬੋ ਜਿਨ੍ਹਾਂ ਨੇ ਆਪਣੀ ਟੀਮ ਦੇ ਲਈ ਲਗਭਗ 90 ਸਕੋਰ ਤੱਕ ਪਹੁੰਚ ਗਿਆ ਜੀ ਤੂਫਾਨੀ ਬੱਲੇਬਾਜ਼ ਔਰ ਸਾਹਮਣੇ ਵੀ ਆ ਜੀ ਗੁੜਿਆਂ ਦੇ ਬਹੁਤ ਸੀਨੀਅਰ ਬੋਲਰ ਬੀਜੇ ਕੁਮਾਰ ਜਿਨ੍ਹਾਂ ਨੇ 1100 ਵੈਟਾ ਲਈਆਂ ਆਪਣੇ ਸਮੇਂ ਚ ਅਗਲਾ ਬੋਲ ਹੈ ਕਿ ਬਿਲਕੁਲ ਪਿਆਰ ਦੇਖਣਾ ਹੈ ਕਿ ਕੀ ਹੁੰਦਾ ਹੈ বিজে কুমার ਦੇ ਇਸ ਬਾਲ ਦੇ ਉੱਤੇ ਬਹੁਤ ਹੀ ਕਰਾਰਾ ਛੱਕਾ ਜੰਬੋ ਦੇ ਬੈਟ ਚੋਂ ਨਿਕਲੇ ਹੋਇਆ ਅੱਜ ਦਾ ਇਹ ਚੌਥਾ ਛੱਕਾ ਗੀਰਾ ਦੇ ਸਲਾਮੀ ਬੱਲੇਬਾਜ਼ ਤਾਂ ਬਈ ਛੱਕੇ ਚੌਕੇ ਛੱਕੇ ਚੌਕੇ ਛੱਡ ਨਹੀਂ ਰਹੇ ਬਹੁਤ ਹੀ ਡੇਂਜਰ ਬੈਟਸਮੈਨ ਲੋ ਜੀ ਜੰਬੋ ਦੇ ਆਪਣੇ 42 ਸਕੋਰ ਹੋ ਚੁੱਕੇ ਆ 8 ਸਕੋਰ ਚਾਹੀਦੇ 50 ਦੇ ਲਈ ਬਹੁਤ ਹੀ ਵਧੀਆ ਇਹ ਨੌਜਵਾਨ ਖਿਡਾਰੀ ਗੀਰਾ ਤੋਂ ਅਗਲਾ ਬਾਲ বিজে ਕੁਮਾਰ ਦੇਖਣਾ ਕੀ ਹੁੰਦਾ ਇਸ ਬਾਲ ਤੇ ਸ਼ਾਰਟ ਪੈਚ ਬਾਲ ਇਹਨੂੰ ਚੱਕ ਕੇ ਮਾਰਾ ਕਿਚੋ ਦਾ ਕੈਚ اور ਜੇ ਬਹੁਤ ਹੀ ਅਚੀ ਕੈਚ ਕੁੜਿਆਂ ਦੀ ਟੀਮ ਨੂੰ ਪਹਿਲੀ ਸਫਲਤਾ ਜੰਬੋ 42 ਸਕੋਰ ਬਣਾ ਕੇ ਆਊਟ ਕੁੜਿਆਂ ਦੀ ਟੀਮ ਨੂੰ ਜਿਸ ਸਫਲਤਾ ਦੀ ਲੋੜ ਸੀ ਬਿਜੇ ਨੇ ਆਪਣਾ ਕੰਮ ਪੂਰਾ ਕਰ ਦਿੱਤਾ ਔਰ ਧੀਰਾ ਦੀ ਟੀਮ ਦੀ ਪਹਿਲੀ ਵਿਕਟ ਜੋ ਲਗਭਗ 90 ਦੇ ਸਕੋਰਾਂ ਤੇ ਜਾ ਕੇ ਡਿੱਗੀ ਆ ਜੀ 6 ਓਵਰ ਦਾ ਮੈਚ ਹੈ 5ਵਾਂ ਓਵਰ ਚੱਲਦਾ ਹੈ ਦੇਖਣਾ ਹੈ ਕਿ ਹੁਣ ਲਓ ਜੀ ਜੰਬੋ ਜੋ ਕਿ ਆਪਣੀ ਟੀਮ ਦੇ ਲਈ 42 ਸਕੋਰ ਬਣਾ ਕੇ ਆਊਟ ਹੋਇਆ ਉਸ ਤੋਂ ਬਾਅਦ ਹੁਣ ਘੀਰਾਂ ਦੇ ਤੂਫਾਨੀ ਬੱਲੇਬਾਜ਼ ਮਿਸਟਰ ਰਵੀ ਆਇਆ ਜੀ ਸੋ ਬਹੁਤ ਜ਼ਿਆਦਾ ਉਮੀਦਾਂ ਘੀਰਾਂ ਟੀਮ ਨੂੰ ਸਾਹਮਣੇ ਆ ਜੀ ਵੀਜੇ ਕੁਮਾਰ ਵੀਜੇ ਵਸੇ ਰਵੀ ਓ ਪੈਰ ਦਾ ਜਿਹੜਾ ਫੈਸਲਾ ਬਾਈਟ ਬਾਲ ਸੀਗਾ ਅਗਲਾ ਬੋਲ ਲੈ ਕੇ ਆ ਰਹੇ ਮਿਸਟਰ ਬੀ ਜੀ ਦੇਖਣਾ ਹੈ ਕਿ ਆਪਣੀ ਟੀਮ ਦੇ ਲਈ ਕੀ ਕਰ ਪਾਉਂਦੇ ਆ ਬਹੁਤ ਹੀ ਵਧੀਆ ਵਾਪਸੀ ਕੀਤੀ ਹੈ ਅਗਲਾ ਬੋਲ ਬਹੁਤ ਹੀ ਵਧੀਆ ਕਮਬੈਕ ਅਗਲਾ ਬੋਲ ਔਰ ਜੇ ਠਾਕੇ ਮਾਰਾ 6 ਰਨ ਰਵੀ ਦੇ ਬੈਟ ਚੋਂ ਨਿਕਲਿਆ ਬਹੁਤ ਹੀ ਡੇਂਜਰ ਚਿੱਕਾ ਸੋ 14 ਰਨ ਚਾਹੀਦੇ ਹੁਣ ਕੀਰਾਂ ਦੀ ਟੀਮ ਨੂੰ ਸੱਤਾਂ ਬੋਲਾਂ ਦੇ ਉੱਤੇ ਸਿਰਫ 14 ਸਕੋਰ ਦੀ ਲੋਡ ਇਸ ਤੋਂ ਪਹਿਲਾਂ ਜਦੋਂ ਗੁੜਿਆਂ ਦੀ ਟੀਮ ਨੇ 6 ਓਵਰਾਂ ਚ 119 ਇਸ ਟੂਰਨਾਮੈਂਟ ਦਾ ਸਭ ਤੋਂ ਹਾਈएस्ट ਸਕੋਰ ਬਣਾਇਆ ਸੀ ਲੱਗ ਰਿਹਾ ਸੀ ਕਿ ਆਸਾਨੀ ਦੇ ਨਾਲ ਗੁੜੇ ਬੀ ਟੀਮ ਜਿਹੜੀ ਮੈਚ ਜਿੱਤ ਜਾਊਗੀ ਲੇਕਿਨ ਹੀਰਾ ਦੇ ਬੱਲੇਬਾਜ਼ਾਂ ਦੀ ਤਾਰੀਫ਼ ਕਰਨੀ ਬਣਦੀ ਹੈ ਜਿਨ੍ਹਾਂ ਨੇ ਬਹੁਤ ਹੀ ਤਾਂਬੜ ਤੋੜ ਬੈਟਿੰਗ ਕੀਤੀ ਅਗਲਾ ਬੋਲਾ ਹੈ ਕਿ ਬੀ ਜੇ ਬਿਲਕੁਲ ਤਿਆਰ ਸਾਹਮਣੇ ਰਵੀ ਓ ਰਵੀ ਦੇ ਪੈਰ ਚੋਂ ਨਿਕਲੇ ਆਇਆ ਬਹੁਤ ਹੀ ਵੱਡਾ ਸ਼ਿੱਕਾ ਲਗਾਤਾਰ ਦੋ ਸ਼ਿੱਕੇ ਹੁਣ ਗੁੜਿਆਂ ਮੈਚ ਬਰਾਬਰ ਹੋ ਚੁੱਕਾ ਹੈ ਲਓ ਜੀ ਲਾਸਟ ਓਵਰ ਦੇ ਵਿੱਚ 1 ਸਕੋਰ ਚਾਹੀਦਾ ਸਮਾਪਤੀ ਤੇ 112 ਰਨ 12 6 ਬੋਲੇ ਲਓਈ ਥੋੜੀ ਮਿਸਟੇਕ ਹੋ ਗਈ ਸੀ ਕਿ 6 ਬੋਲਾਂ ਦੇ ਉੱਤੇ 8 ਰਨ ਚਾਹੀਦੇ ਆ ਜੀ ਕਿ ਹੀਰਾਲੀ ਟੀਮ ਨੂੰ 50 ਓਵਰਾਂ ਦੇ ਵਿੱਚ ਉਹਨਾਂ ਨੇ 108 ਸਕੋਰ ਬਣਾ ਲਿਆ ਜੀ ਬਹੁਤ ਹੀ ਤੂਫਾਨੀ ਬੈਟਿੰਗ ਲਓ ਜੀ ਸੁੱਖਾ ਸੁੱਖਾ ਹੋਈ ਪਈ ਸਾਰੇ ਪਾਸੇ ਜਿਨ੍ਹਾਂ ਨੇ ਤਿੰਨ ਚਾਰ ਛੱਕੇ ਬਹੁਤ ਹੀ ਸ਼ਾਨਦਾਰ ਬੈਟਿੰਗ ਪੰਜ ਚੌਕੇ ਮਾਰੇ ਆ ਜੀ ਸੁੱਖੇ ਦੇ ਉੱਤੇ ਪੂਰੀਆਂ ਹੀਰਾਲੀ ਟੀਮ ਨੂੰ ਉਮੀਦਾਂ ਬੋਲਿੰਗ ਲੈ ਕੇ ਆ ਜੀ ਮਿਸਟਰ ਅਸ਼ੋਕ ਕੁਮਾਰ ਦੇਖਣਾ ਹੈ ਕਿ 6 ਬੋਲਾਂ ਤੇ 8 ਸਕੋਰ ਬਣਾ ਪਾਉਂਦੀ ਹੈ ਗੀਰਾ ਦੀ ਟੀਮ ਜਾਂ ਫਿਰ ਸ਼ੋਕਾ ਕੋਈ ਕ੍ਰਿਸ਼ਮਾ ਹੁਣ ਤੱਕ ਕੋਈ ਕ੍ਰਿਸ਼ਮਾ ਹੀ ਗੁੜਿਆਂ ਦੀ ਟੀਮ ਨੂੰ ਬਚਾ ਸਕਦਾ ਹੈ ਕਿਉਂਕਿ ਹਰ ਬੋਲਰ ਦੇ ਛੱਕੇ ਚੌਕੇ ਪੈ ਰਹੇ ਆ ਸੋ 6ਵਾਂ ਤੇ ਆਖਰੀ ਓਵਰ ਲੈ ਕੇ ਤਿਆਰ ਹਨ ਮਿਸਟਰ ਅਸ਼ੋਕ ਸਾਹਮਣੇ ਆ ਜੀ ਛੱਕਿਆਂ ਦੇ ਬਾਦਸ਼ਾਹ ਮਿਸਟਰ ਸੁਖਾ ਆਖਰੀ ਔਰ ਲਾਸਟ ਓਵਰ ਦਾ ਪਹਿਲਾ ਬਾਲ 6ਤੇ 8 ਓ ਪਹਿਲੇ ਹੀ ਬਾਲ ਦੇ ਉੱਤੇ ਫੁੱਲ ਟੋਸ ਹੋ ਰਿਹਾ 6 ਰਨ ਸੁਖਰੇ ਦੁਆਰਾ ਜਬਰਦਸਤ ਬੈਟਿੰਗ ਪੰਜ ਬਾਲ 2 ਰਨ ਸੌਟੀ ਹੋ ਗਈ ਭਾਈ ਲੋ ਜੀ ਸੁਖੇ ਦੀ ਵੀ 50 ਸਕੋਰ ਪੂਰੇ ਹੋ ਗਿਆ ਸੁਖੇ ਦਾ 50 ਸਕੋਰ ਹੋ ਗਿਆ ਜੀ ਬੜੀ ਜਾਨ ਲਾਈ ਮੁੰਡੇ ਨੇ ਸਿਰਫ ਬਹੁਤ ਹੀ ਜਬਰਦਸਤ ਬੈਟਿੰਗ ਕੀਤੀ ਜਾ ਰਹੀ ਹੈ ਓ ਦੋ ਬਾਲ ਹੋ ਗਏ ਜੀ ਕੋਈ ਨਹੀਂ ਕੋਈ ਨਹੀਂ ਠੀਕ ਅੱਲੇ ਵੀ ਦੋ ਸਕੋਰ ਚਾਹੀਦੇ ਆ ਕੀਰਾਂ ਦੀ ਟੀਮ ਨੂੰ 4 ਬਾਲਾਂ ਤੇ 2 ਸਕੋਰ ਸ਼ੋਕਾ ਪੂਰੀ ਕੋਸ਼ਿਸ਼ ਕਰਦੇ ਹੋ ਗੁੜਿਆਂ ਦੇ ਪੇਰ ਕਿ ਕਿਸੇ ਨਾ ਕਿਸੇ ਤਰ੍ਹਾਂ ਡਾਟ ਬਾਲ ਕੱਢੇ ਜਾਣ ਡਾਟ ਬੌਲੀ ਜਿਹੜੇ ਗੁੜਿਆਂ ਨੂੰ ਜਿਤਾ ਸਕਦੇ ਆ ਅਗਲਾ ਬਾਲ ਅਸ਼ੋਕ ਬਾਸੀ ਸੁੱਖਾ ਔਰ ਜੇ ਕੈਚ ਹੋ ਸਕਦੀ ਹੈ ਔਰ ਜੇ 6 ਰਨ ਸੁਖੇਰੇ ਦੁਆਰਾ ਇਸ ਮੈਚ ਦਾ ਸੇਮਾ ਸ਼ਿੱਕਾ ਇਹਦੇ ਨਾਲ ਹੀ ਗੀਰਾਂ ਦੇ ਇਸਲਾਮੀ ਬੱਲੇਬਾਜ਼ਾਂ ਨੇ ਸਿਰਫ 21 ਵਿਗੜ ਦੇ ਉੱਤੇ ਇਹ ਮੈਚ ਜਿੱਤ ਲਿਆ ਗੁੜੇ ਬਾਸੀ ਗੀਰਾਂ ਦਾ ਇਹ ਬਹੁਤ ਹੀ ਖਤਰਨਾਕ ਔਰ ਫਸਮਾ ਮੁਕਾਬਲਾ ਸੀ ਜਿਸ ਦੇ ਵਿੱਚ ਪਹਿਲਾ ਬੈਟਿੰਗ ਕਰਦੇ ਗੁਲਿਆ ਬੀ ਟੀਮ ਦੇ ਖਿਡਾਰੀਆਂ ਨੇ 119 ਸਕੋਰ ਮਾਰੇ ਔਰ ਇਸ ਟੂਰਨਾਮੈਂਟ ਦਾ ਸਭ ਤੋਂ ਹਾਈਰ ਸਕੋਰ ਸੀਗਾ ਪਰ ਇਸ ਤਰ੍ਹਾਂ ਗੀਰਾ ਦੇ ਸਲਾਮੀ ਬੱਲੇਬਾਜ਼ਾ ਨੇ ਇਸ ਮੈਚ ਨੂੰ ਦੂਸਰੀ ਇਨਿੰਗ ਦੇ ਵਿੱਚ ਖੇਡਿਆ ਉਹਨਾਂ ਨੇ ਇੱਕ ਬੇਟ ਦੇ ਉੱਤੇ ਹੀ ਜਿਹੜੇ ਆ ਦੋ ਬੋਲ ਰੰਦੇ ਹੋਏ 100 ਆ 19 ਰੰਗ ਦਾ ਲਖ ਜਿਹੜਾ ਪਾ ਲਿਆ ਜੀ ਗੀਰਾ ਨੇ ਟੀਮ ਜਿੱਤ ਗਈ ਹੈ ਗੁੜਿਆਂ ਬੀ ਟੀਮ ਦੀ ਜਿਹੜੀ ਟੀਮ ਦੀ ਹਾਰ ਹੋਈ ਹੈ ਸੋ ਦੋਨੀਆਂ ਟੀਮਾਂ ਦੇ ਜਿਹੜੇ ਪਲੇਅਰਾਂ ਨੇ ਬੈਟਸਮੈਨ ਖਾਸ ਤੌਰ ਤੇ ਬਹੁਤ ਹੀ ਵਧੀਆ ਬੈਟਿੰਗ ਕੀਤੀ ਆ ਪਰ ਗੀਰਾ ਦੀ ਟੀਮ ਨੇ ਉਸ ਤੋਂ ਵੀ ਵਧੀਆ ਬੈਟਿੰਗ ਕੀਤੀ ਜਿਹਦੇ ਕਰਕੇ ਗੀਰਾ ਆਂ ਦੀ ਟੀਮ ਜਿਹੜੀ ਹੈ ਉਹ ਜਿੱਤ ਗਈ ਹੈ ਜੋ ਮੁਬਾਰਕਾਂ ਜੀ ਗੀਰਾ ਦੀ